ਸਸਿਕਲ ਜੀ ਸਾਰਿਆਂ ਨੂੰ ਸੋ ਵੈਲਕਮ ਬੈਕ ਟੂ ਦ ਚੈਨਲ ਆਫ ਪੰਜਾਬੀ ਲਿਟਰੇਚਰ ਬਾਈ ਸਤਿੰਦਰ ਸਰ ਹੀ ਇਜ਼ ਅ ਰੈਕਨੌਂਡ ਨੇਮ ਫਾਰ ਯੂ ਪੰਜਾਬੀ ਲਿਟਰੇਚਰ ਕਲਾਸਸ ਓਲ ਓਵਰ ਇਨ ਤ੍ਰਾਈ ਸਿਟੀ ਐਂਡ ਯੂਰ ਨਾਰਥ ਇੰਡੀਆ ਅ ਸਰ ਤੁਸੀਂ ਇੱਕੋ ਹੀ ਬਾਚ ਲੈਂਦੇ ਹੋ ਪੂਰੇ ਸਾਲ ਦੇ ਵਿੱਚ ਜਿਹੜਾ ਪੰਜਾਬੀ ਲਿਟਰੇਚਰ ਦਾ ਬਹੁਤ ਬੱਚੇ ਜਿਹੜਾ ਹੈ ਕੁਇਰੀਜ਼ ਕਰਦੇ ਨੇ ਬਹੁਤ ਬੱਚੇ ਨਾ ਕੁਐਸ਼ਨ ਪੁੱਛ ਰਹੇ ਇਹ ਕਿਉਂ ਹੈਗਾ ਹੈ ਜੀ ਅ ਇਨਕੁਆਰੀਜ਼ ਬਹੁਤ ਆ ਰਹੀਆਂ ਨੇ ਹੁਣ ਵੀ ਇਨਕੁਆਰੀਜ਼ ਆਉਂਦੀਆਂ ਨੇ ਕਿ ਆਫਲਾਈਨ ਬੈਚ ਚਾਹੀਦਾ ਮੈਡਮ ਤੇ ਪਰ ਸਾਡੀ ਇੱਕ ਸਟਰੈਟਜੀ ਹੈ ਅਸੀਂ ਬੱਚਿਆਂ ਨੂੰ ਲਾਈਫਟਾਈਮ ਵੈਲਿਡਿਟੀ ਦਿੰਨੇ ਆ ਠੀਕ ਹੈ ਜੀ ਜਿਹੜੇ ਬੱਚਿਆਂ ਨੂੰ ਅਸੀਂ انرੋਲ ਕਰ ਲੈਨੇ ਆ ਫਿਰ ਉਹਨਾਂ ਨਾਲ ਸਾਡੀ ਕਮਿਟਮੈਂਟ ਹੁੰਦੀ ਹੈ ਕਿ ਜਦੋਂ ਤੱਕ ਉਹ ਅਟੈਂਪਟ ਦਿੰਦੇ ਆ ਉਦੋਂ ਤੱਕ ਉਹਨਾਂ ਦੀ ਆਨਸਰ ਰਾਈਟਿੰਗ ਕਰਵਾਉਣੀ ਆ ਉਹਨਾਂ ਦੇ ਡਾਊਟ ਸੈਸ਼ਨਸ ਲੈਣੇ ਆ ਹਰ ਬੱਚੇ ਤੇ ਫੋਕਸ ਕਰਨਾ ਬਹੁਤ ਜ਼ਰੂਰੀ ਹੈ ਜਿਨੂੰ ਅਸੀਂ ਕਹਿੰਨੇ ਆ ਪਰਸਨਲ ਮੈਂਟਰਸ਼ਿਪ ਚਾਹੀਦੀ ਹੈ ਉਕੇ ਨੂੰ ਜਦੋਂ ਮੈਂ ਆਪ ਤਿਆਰੀ ਕਰਦਾ ਸੀ ਇਸ ਚੀਜ਼ ਨੂੰ ਮੈਂ ਇਹਦੀ ਜਿਹੜੀ ਲੈਕਿੰਗ ਹੈ ਨੂੰ ਮੈਂ ਫੇਸ ਕੀਤਾ ਉਸ ਵੇਲੇ ਤਾਂ ਅਸੀਂ ਬੱਚਿਆਂ ਨੂੰ ਉਸ ਚੀਜ਼ ਦੇਣਾ ਚਾਹੁੰਦੇ ਆ ਇਸੇ ਕਰਕੇ ਸਾਡਾ ਇਹ ਹੁੰਦਾ ਵੀ ਅਸੀਂ ਜਿਹੜਾ ਆਫਲਾਈਨ ਬੈਚ ਆ ਸਿਰਫ ਇੱਕੋ ਹੀ ਚਲਾਈਏ ਜਿਹੜੇ ਬੱਚੇ ਸਾਡੇ ਨਾਲ انرੋਲਡ ਨੇ ਫਿਰ ਅਸੀਂ ਉਹਨਾਂ ਤੇ ਫੋਕਸ ਕਰਦੇ ਆ ਪੂਰਾ ਜਿਵੇਂ ਹੁਣੇ ਵੀ ਮੇਨ ਹੋ ਕੇ ਹਟਿਆ ਤਾਂ ਉਦੋਂ ਤੱਕ ਮੈਂ ਪੂਰਾ ਮੇਨ ਵਾਲੇ ਬੱਚਿਆਂ ਦੇ ਨਾਲ ਸੀ ਉਹਨਾਂ ਤੇ ਫੋਕਸ ਕਰ ਰਹੀ ਸੀ ਅਸੀਂ ਠੀਕ ਹੈ ਉਹਨਾਂ ਨੂੰ 24 ਆਵਰਸ ਦੇ ਮੇਰੇ ਵੱਲੋਂ ਸੀ ਕਿ ਤੁਹਾਨੂੰ ਕੋਈ ਵੀ ਡਾਊਟ ਹੈ ਮੈਨੂੰ ਭੇਜੋ ਐਸ ਸੂਨ ਐਸ ਪੋਸੀਬਲ ਤੁਹਾਨੂੰ ਰਿਪਲਾਈ ਆਏਗਾ ਤੁਹਾਨੂੰ ਕਾਲ ਆਏਗੀ ਕੋਈ ਸਟਾਫ ਨੂੰ ਇਨਵੋਲਵ ਕਰਨ ਦੀ ਲੋੜ ਨਹੀਂ ਹੈ ਡਾਇਰੈਕਟ ਮੈਨੂੰ ਮੈਸੇਜ ਕਰੋ ਤੁਸੀਂ ਤਾਂ ਅਸੀਂ ਉਸ ਚੀਜ਼ ਤੇ ਫੋਕਸ ਬਹੁਤ ਜ਼ਿਆਦਾ ਕਰਦੇ ਹਾਂ ਕਿਉਂਕਿ ਸਭ ਤੋਂ ਵੱਡੀ ਚੀਜ਼ ਜਦੋਂ ਆਪਾਂ ਇਸ ਜਰਨੀ ਤੇ ਚੱਲਦੇ ਹਾਂ ਯੂਪੀਐਸਸੀ ਤੇ ਉੱਥੋਂ ਇਹ ਹੁੰਦਾ ਵੀ ਮੇਰੇ ਨਾਲ ਮੇਰਾ ਮੈਂਟਰ ਆ ਜਿਹੜਾ ਉਹ ਹੋਣਾ ਬਹੁਤ ਜ਼ਰੂਰੀ ਹੈ ਖਾਸ ਤੌਰ ਤੇ ਆਪਸ਼ਨਲ ਦੇ ਵਿੱਚ ਤਾਂ ਇਸ ਕਰਕੇ ਅਸੀਂ ਜਿਹੜਾ ਹੈਗਾ ਡਾਊਟ ਸੈਸ਼ਨਸ ਵੀ ਬੱਚਿਆਂ ਦੇ 1 ਟੂ 1 ਲੈਣੇ ਆ ਉਹਨਾਂ ਦੀ ਜਿਹੜੀ ਫੀਡਬੈਕ ਆ ਉਹ ਵੀ 1 ਟੂ 1 ਕਰਦੇ ਆ ਇਸ ਕਰਕੇ ਅਸੀਂ ਇੱਕ ਬੈਚ ਚਲਾਉਨੇ ਆ ਉਸ ਤੋਂ ਬਾਅਦ ਬੱਚੇ ਜਿਹੜਾ ਹੈਗਾ ਰਿਕਾਰਡਡ ਕੋਰਸ ਆ ਸਾਡਾ ਉਹ ਜੁਆਇਨ ਕਰ ਲੈਂਦੇ ਆ ਸਰ ਤੁਸੀਂ ਦੱਸੋ ਜਿਵੇਂ ਨਾ ਹੁਣੇ ਸਟਾਰਟਿੰਗ ਆਫ ਅਕਤੂਬਰ ਚੱਲ ਰਿਹਾ ਹੈ ਤੇ ਤੁਹਾਨੂੰ ਨਹੀਂ ਲੱਗਦਾ ਕਿ ਬੱਚੇ ਨੂੰ ਇਹ ਟਾਈਮ ਹਲੇ ਬੈਸਟ ਹੈ ਕਿ ਉਹ ਹਲੇ ਵੀ ਆਪਸ਼ਨਲ ਸ਼ੁਰੂ ਕਰ ਸਕਦਾ ਜੇ ਕਰਨਾ ਚਾਹੁੰਦਾ ਹੈ ਤਾਂ ਫਿਰ ਉਹ ਕਿਵੇਂ ਕਰ ਸਕਦਾ ਬਿਲਕੁਲ ਇਸ ਵੇਲੇ ਮੈਡਮ ਜਿਹੜਾ ਸਾਡਾ ਹੁਣੇ ਬੈਚ ਓਵਰ ਹੋਇਆ ਅਸੀਂ ਉਹਦੀਆਂ ਰਿਕਾਰਡਿੰਗਸ ਬੱਚਿਆਂ ਨੂੰ ਦਿੰਨੇ ਆ ਲੇਟੈਸਟ ਬੈਚ ਦੀਆਂ ਤੇ ਉਹਨੂੰ ਲਾਈਫਟਾਈਮ ਵੈਲਿਡਿਟੀ ਦਿੰਨੇ ਆ ਕਿ ਲਾਈਫਟਾਈਮ ਜਦੋਂ ਤੱਕ ਉਹ ਤਿਆਰੀ ਕਰੇਗਾ ਉਦੋਂ ਤੱਕ ਉਹ ਵੀਡੀਓਜ਼ ਉਹਦੇ ਕੋਲੇ ਰਹਿਣਗੀਆਂ ਪਲੱਸ ਨੈਕਸਟ ਈਅਰ ਜਿਹੜਾ ਜੂਨ ਦੇ ਵਿੱਚ ਸੈਸ਼ਨ ਸ਼ੁਰੂ ਹੋਏਗਾ ਉਹਦੇ ਵਿੱਚ ਫੇਰ ਅਸੀਂ ਉਹਨੂੰ انرੋਲ ਕਰਾਂਗੇ ਬੱਚੇ ਨੂੰ ਔਰ ਅਸੀਂ ਕੋਰਸ ਨੂੰ ਇਸ ਤਰੀਕੇ ਨਾਲ ਡਿਜ਼ਾਈਨ ਕੀਤਾ ਹੋਇਆ ਕਿ ਬੱਚੇ ਨੂੰ ਮਹਿਸੂਸ ਨਹੀਂ ਹੁੰਦਾ ਕਿ ਮੈਂ ਰਿਕਾਰਡਡ ਜਾਂ ਆਨਲਾਈਨ ਵੇਖ ਰਿਹਾ ਕਿਉਂਕਿ ਹਰ ਬੱਚੇ ਨੂੰ ਅਸੀਂ ਵੀਕਲੀ ਦੋ ਡਾਊਟ ਸੈਸ਼ਨਸ ਅਲੋਕੇਟ ਕੀਤੇ ਹੋਏ ਆ 1 ਟੂ 1 ਡਾਊਟ ਸੈਸ਼ਨਸ ਨੇ ਔਰ ਉਸ ਤੋਂ ਬਾਅ ਜੀ ਵੈਸੇ 1 ਅਕਤੂਬਰ ਤੋਂ ਜਿਹੜੇ ਬੱਚਿਆਂ ਨੇ 2025 ਨੂੰ ਟਾਰਗੇਟ ਕੀਤਾ ਉਹਨਾਂ ਦੀ ਅਨਸਰ ਰਾਈਟਿੰਗ ਸ਼ੁਰੂ ਕੀਤੀ ਆ ਔਰ ਉਸ ਅਨਸਰ ਰਾਈਟਿੰਗ ਦੇ ਵਿੱਚ ਅਜੇ 4 ਅਕਤੂਬਰ ਹੈ ਸਾਡੇ ਕੋਲੇ ਅਨਸਰਸ ਬੱਚਿਆਂ ਦੇ ਲਿਖ ਕੇ ਆ ਰਹੇ ਆ ਔਰ ਬਹੁਤ ਬੱਚੇ ਸincerely ਇਸ ਕੰਮ ਨੂੰ ਕਰ ਰਹੇ ਆ ਹਰ ਹਫਤੇ ਅਸੀਂ PYQ ਸੈਕਸ਼ਨ ਲਾਉਣੇ ਆ ਪਿਛਲੇ 5 ਤੋਂ 7 ਸਾਲਾਂ ਦੇ ਅਨਸਰਸ ਜਿਹੜੇ ਉਹ ਡਿਸਕਸ ਕਰੀਦੇ ਆ ਉਹ ਸਾਰਾ ਫ੍ਰੀ ਆਫ ਕਾਸਟ ਹੈ ਸਾਰੇ ਆਨਲਾਈਨ ਉਹ ਜਿਹੜੇ ਬੱਚੇ ਸਾਡੇ انرੋਲਡ ਨੇ ਜਿਨ੍ਹਾਂ ਨੂੰ ਲਾਈਫਟਾਈਮ ਵੈਲਿਡਿਟੀ ਹੈਗੀ ਆ ਉਨਾਂ ਲਈ ਆ ਉਹ ਠੀਕ ਹੈ ਸਰ ਮੈਂ ਰਿਕੁਐਸਟ ਕਰੂੰਗੀ ਜੇ ਤੁਸੀਂ ਇੱਕ ਦੋ ਸੈਸ਼ਨ ਨੂੰ ਫ੍ਰੀ ਆਫ ਕਾਸਟ ਪਾ ਸਕੋ YouTube ਦੇ ਉੱਤੇ ਤਾਂ ਕਿ ਬੱਚਿਆਂ ਨੂੰ ਮੈਕਸਿਮਮ ਬੈਨੀਫਿਟ ਹੋ ਸਕੇ ਉਹ ਸਿੱਖ ਸਕਣ ਕਿ ਲੇਟੈਸਟ ਦੇ ਕੁਝ ਜੇ ਤੁਸੀਂ ਕੁਐਸਚਨ ਪਾ ਸਕੋ ਤਾਂ ਉਹ ਬਹੁਤ ਹੈਲਪਰ ਅਗਰੇਗੀ ਬੱਚਿਆਂ ਨੂੰ ਬਿਲਕੁਲ ਸਹੀ ਹੈ ਆਪਾਂ ਇਸ ਸੁਜੈਸ਼ਨ ਨੂੰ ਜਰੂਰ ਵਿਚਾਰਾਂਗੇ ਆ ਓਵਰਆਲ ਜੇ ਬੱਚੇ YouTube ਚੈਨਲ ਤੇ ਜਾਣ ਤਾਂ ਉੱਥੇ 250 ਤੋਂ ਵੱਧ ਵੀਡੀਓ ਸਾਡੀਆਂ ਪਈਆਂ ਹੋਈਆਂ ਨੇ ਲਿਟਰੇਚਰ ਦੇ ਨਾਲ ਰਿਲੇਟਡ ਉਥੋਂ ਵੀ ਵੇਖ ਸਕਦੇ ਆ ਠੀਕ ਹੈ ਤੇ ਜਿਹੜੀ ਆਪਾਂ ਗੱਲ ਕਰ ਰਹੇ ਸੀ ਆਨਸਰ ਰਾਈਟਿੰਗ ਦੀ ਉਹ ਅਸੀਂ ਸ਼ੇਖ ਫਰੀਦ ਜੀ ਤੋਂ ਸ਼ੁਰੂ ਕੀਤੀ ਹੋਈ ਆ ਸੈਕੰਡ ਪੇਪਰ ਤੋਂ ਉਹਦੇ ਤੇ ਅਸੀਂ 1 ਟੂ 1 ਫੀਡਬੈਕ ਕਰਦੇ ਆ ਬੱਚਿਆਂ ਦੀ ਔਰ ਵੱਡੀ ਗਿਣਤੀ ਸਾਡੇ ਕੋਲੇ ਆਨਸਰਸ ਬੱਚਿਆਂ ਦੇ ਆ ਰਹੇ ਆ ਸਰ ਤੁਸੀਂ ਮਤਲਬ ਕਿ ਫੀਡਬੈਕ ਕਿਵੇਂ ਦਿੰਦੇ ਹੋ ਆਨਲਾਈਨ ਦਿੰਦੇ ਮਤਲਬ ਵਟਸਐਪ ਤੇ ਜਾਂ ਫਿਰ ਵੀਡੀਓ ਕਾਲ ਤੇ ਜਾਂ ਤੁਸੀਂ ਟੈਲੀਫੋਨਿਕਲੀ ਕਨਵੇ ਕਰਦੇ ਹੋ ਉਹ ਫੀਡਬੈਕਸ ਮੈਡਮ ਜਦੋਂ ਆਨਸਰ ਚੈੱਕ ਹੋ ਕੇ ਅਸੀਂ ਵਾਪਸ ਭੇਜ ਦਿਆਂ ਬੱਚਿਆਂ ਨੂੰ ਮੇਲ ਕਰਦੇ ਆ ਉਹਦੇ ਵਿੱਚ ਟਾਈਮ ਮੈਂਸ਼ਨ ਹੁੰਦਾ ਹੈ ਕਿ ਇੰਨੇ ਵਜੇ ਕਾਲ ਕਰ ਲਿਓ ਫੀਡਬੈਕ ਦੇ ਲਈ ਉਹ ਬੱਚੇ ਦਾ ਕੰਫਰਟ ਹੈ ਉਹ ਜ਼ੂਮ ਤੇ ਕਰਨਾ ਚਾਵੇ ਉਹ WhatsApp ਵੀਡੀਓ ਤੇ ਕਰਨਾ ਚਾਵੇ ਉਹ ਆਰਡੀਨਰੀ ਕਾਲ ਤੇ ਫੀਡਬੈਕ ਲੈਣਾ ਚਾਵੇ ਉਵੇਂ ਕਰ ਸਕਦਾ ਅਸੀਂ ਕੋ ਹੋਰ ਵੀ ਕਰਦੇ ਆ ਬੱਚੇ ਨੂੰ ਵਾਇਸ ਨੋਟ ਵੀ ਭੇਜ ਦਿੰਨੇ ਆ ਡਿਟੇਲ ਦੇ ਵਿੱਚ ਦੋ ਦੋ ਤਿੰਨ ਤਿੰਨ ਮਿੰਟ ਦਾ ਦੋ ਕੁਐਸਚਨਸ ਤੇ ਕਿ ਇਹਦੇ ਚ ਇਹ ਪੋਜ਼ਿਟਿਵ ਪੁਆਇੰਟਸ ਨੇ ਇਹ ਤੁਹਾਡੇ ਇੰਪਰੂਵਮੈਂਟ ਕਰਨ ਵਾਲੇ ਪੁਆਇੰਟਸ ਨੇ ਜੇ ਫਿਰ ਵੀ ਤੁਹਾਨੂੰ ਲੱਗਦਾ ਤੁਸੀਂ ਕਾਲ ਵੀ ਕਰ ਸਕਦੇ ਹੋ ਤਾਂ ਉਹ ਬੜੇ ਸਾਰੇ ਜ਼ਰੀਏ ਅਸੀਂ ਰੱਖੇ ਹੋਏ ਆ ਠੀਕ ਆ ਸਾਡਾ ਮਕਸਦ ਇੰਨਾ ਹੈ ਕਿ ਬੱਚੇ ਸincerely ਤਿਆਰੀ ਕਰਨ ਅਸੀਂ ਉਹਨਾਂ ਦੇ ਲਈ ਹੂੰ ਬਿਲਕੁਲ ਸਰ ਤੁਸੀਂ ਕਾਫੀ ਉਪੇਗਨੈਸ ਰੱਖੀ ਹੋਈ ਹੈ ਮਤਲਬ ਕਿ ਉਸੇ ਤੇ ਹੀ ਤੁਸੀਂ ਮੈਂਸ਼ਨ ਕਰ ਦਿੰਦੇ ਹੋ ਤਾਂ ਬਹੁਤ ਵਧੀਆ ਇੱਕ ਚੀਜ਼ ਹੈ ਜਿਹੜਾ ਬੱਚੇ ਨੂੰ ਮਤਲਬ ਕਿ ਇਦਾਂ ਕੌਨਫੀਡੈਂਸ ਫੀਲ ਕਰਾਂਦਾ ਹੈ ਕਿ ਹਾਂਜੀ ਮੇਰੀ ਫੀਡਬੈਕ ਇੰਨੇ ਤੋਂ ਇੰਨੇ ਵਿੱਚ ਤੱਕ ਹੋਏਗੀ ਐਂਡ एवरीथिंग ਜੀ ਸੋ ਥੈਂਕ ਯੂ ਸੋ ਮੱਚ ਸਰ ਜੇ ਤੁਸੀਂ ਨੈਕਸਟ ਬੈਚ ਜਦੋਂ ਵੀ ਆਪਣਾ ਸ਼ੁਰੂ ਕਰੋਗੇ ਡੂ ਇੰਟੀਮੇਟ ਔਨ ਯਰ ਯੂਰ ਡਿਫਰੈਂਟ ਚੈਨਲਸ ਤੁਸੀਂ YouTube ਤੇ ਸਬਸਕ੍ਰਾਈਬ ਕਰ ਸਕਦੇ ਹੋ ਸਾਨੂੰ ਤੇ Telegram ਦੇ ਉੱਤੇ ਵੀ ਸਤਿੰਦਰ ਸਰ ਦਾ ਚੈਨਲ ਹੈ that has been capability literature for IAS ਸੋ ਮੋਸਟਲੀ ਉਹਦੇ ਉਤੇ ਆਪਣੇ ਅਪਡੇਟਡ ਵੀਡੀਓਜ਼ ਔਰ ਪੀਆਈਕਿਊਜ਼ ਮੈਂ ਸੱਨ ਨੂੰ ਕਹੂੰਗੀ ਕਿ 2-3 ਕੁਐਸਚਨ ਜ਼ਰੂਰ ਪਾਣ ਤਾਂ ਕਿ ਬੱਚੇ ਤੁਹਾਡੀ ਕੁਆਲਿਟੀਜ਼ ਨੂੰ ਜਜ ਕਰ ਪਾਣ ਕਿ ਤੁਸੀਂ ਕੀ ਪ੍ਰੋਵਾਈਡ ਕਰਦੇ ਹੋ ਠੀਕ ਹੈ ਥੈਂਕ ਯੂ ਸੋ ਮੱਚ ਥੈਂਕ ਯੂ ਮੈਡਮ ਥੈਂਕ ਯੂ ਜੀ